ਆਪ ਚੰਡੀਗੜ੍ਹ ਦੀ ਜਿਹੜੀ ਹੈ ਉਹ ਲੈ ਕੇ ਪੰਜਾਬ 'ਚ ਸਪਲਾਈ ਕਰਨ ਲਈ ਆ ਰਿਹਾ, ਜਿਸ ਦੇ ਆਧਾਰ 'ਤੇ ਇਹਨਾਂ ਵੱਲੋਂ ਨਾਕਾਬੰਦੀ ਕਰਕੇ ਰਾਹੁਲ ਕੁਮਾਰ ਨੂੰ 210 ਪੇਟੀਆਂ ਵਿਸਕੀ ਫੋਰ ਸੇਲ ਇਨ ਚੰਡੀਗੜ੍ਹ ਸਮੇਤ ਜਿਹੜਾ ਹੈ ਕਾਬੂ ਕੀਤਾ ਗਿਆ। ਮਾਨਯੋਗ DGP ਸਾਹਿਬ ਵੱਲੋਂ ਜਿਹੜਾ ਕਾਸੋ ਓਪਰੇਸ਼ਨ ਜਿਹੜਾ ਆ ਸਾਰੇ ਪੰਜਾਬ 'ਚ ਚਲਾਇਆ ਜਾ ਰਿਹਾ ਸੀ ਅੱਜ 11 ਤੋਂ 3 ਵਜੇ ਤੱਕ, ਜਿਸ ਦੇ ਆਧਾਰ 'ਤੇ ਮਾਨਯੋਗ SSP ਸਾਹਿਬ ਡਾਕਟਰ ਰਵਜੋਤ ਗਰੇਵਾਲ ਦੇ ਹੁਕਮਾਂ 'ਤੇ ਨਸ਼ਾ ਸਮਗਲਰਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਸੀ, ਜੋ ਇਸ ਦੌਰਾਨ ਬਲਜਿੰਦਰ ਸਿੰਘ ਚੌਕੀ ਇੰਚਾਰਜ ਖੇੜਾ ਥਾਣਾ ਬਡਾਲੀ ਵਾਲਾ ਸਿੰਘ ਨੂੰ ਇੱਕ ਮੁਖਬਰੀ ਹੋਈ ਸੀ ਕਿ ਇੱਕ ਰਾਹੁਲ ਕੁਮਾਰ ਪੁੱਤਰ ਕ੍ਰਿਸ਼ਨ ਸਿੰਘ ਜੋ ਕਿ ਪਿੰਡ ਮਾਨਗੜ੍ਹ ਥਾਣਾ ਮਲੋਹ ਦਾ ਰਹਿਣ ਵਾਲਾ, ਉਹ ਸ਼ਰਾਬ ਚੰਡੀਗੜ੍ਹ ਦੀ ਜਿਹੜੀ ਹੈ ਉਹ ਲੈ ਕੇ ਪੰਜਾਬ 'ਚ ਸਪਲਾਈ ਕਰਨ ਲਈ ਆ ਰਿਹਾ, ਜਿਸ ਦੇ ਆਧਾਰ 'ਤੇ ਇਹਨਾਂ ਵੱਲੋਂ ਨਾਕਾਬੰਦੀ ਕਰਕੇ ਰਾਹੁਲ ਕੁਮਾਰ ਨੂੰ 210 ਪੇਟੀਆਂ ਵਿਸਕੀ ਫੋਰ ਸੇਲ ਇਨ ਚੰਡੀਗੜ੍ਹ ਸਮੇਤ ਜਿਹੜਾ ਹੈ ਕਾਬੂ ਕੀਤਾ ਗਿਆ। ਸਰ ਇਹ ਨਾਕਾ ਕਿੱਥੇ ਲੱਗਿਆ ਸੀ? ਇਹ ਜਿਹੜਾ ਜੀ ਹੰਸਾਲੀ ਬਡਾਲੀ ਵਾਲਾ ਸਿੰਘ ਦੇ ਕੋਲ ਜਿਹੜੀ ਨਵੀਂ ਸੜਕ ਬਣ ਰਹੀ ਹੈ ਉਹਦੇ ਨੇੜੇ ਨਾਕਾ ਲਾਇਆ ਸੀ ਅਤੇ ਉੱਥੇ ਬਲੈਰੋ ਪਿਕਅਪ ਸਮੇਤ ਜਿਹੜਾ ਹੈ 210 ਪੇਟੀਆਂ ਸਮੇਤ ਇਹਨੂੰ ਕਾਬੂ ਕੀਤਾ। ਸਰ ਇਹ ਵੇਚਦਾ ਜਿਵੇਂ ਕੀ ਕਰ? ਇਹਨੇ ਹੁਣ ਤੱਕ ਜੋ ਦੱਸਿਆ ਵੀ ਇਹ ਚੰਡੀਗੜ੍ਹ ਤੋਂ 37D ਦੇ ਠੇਕੇ ਤੋਂ ਸ਼ਰਾਬ ਲੋਡ ਕਰਕੇ ਲੈ ਕੇ ਆਏ ਸੀ ਅਤੇ ਇਹਨੇ ਲੁਧਿਆਣੇ ਸਪਲਾਈ ਕਰਨੀ ਸੀ। ਉੱਥੇ ਸਿਰਫ ਇਹਨੂੰ ਇੰਨਾ ਕਿਹਾ ਸੀ ਵੀ ਤੂੰ ਉੱਥੇ ਪੈਟਰੋਲ ਪੰਪ ਹੈ ਉੱਥੇ ਲੈ ਕੇ ਗੱਡੀ ਖੜਾ ਦੇਣੀ ਹੈ ਅਤੇ ਉੱਥੋਂ ਅੱਗੇ ਕਿਹੜੇ ਬੰਦੇ ਨੇ ਆਉਣਾ ਲੈਣ ਲਈ ਉਹਦੇ ਬਾਰੇ ਹਲੇ ਇਹ ਦੱਸ ਨਹੀਂ ਰਹੇ, ਲੇਕਿਨ ਅਸੀਂ ਇਹ ਸਾਰਾ ਵੈਰੀਫਾਈ ਕਰ ਰਹੇ ਹਾਂ ਕਿ ਕਿਹਨੂੰ ਅੱਗੇ ਸਪਲਾਈ ਕਰਨੀ ਸੀ। ਪਹਿਲਾਂ ਵੀ ਕੋਈ ਮਾਮਲਾ ਦਰਜ ਹੈ? ਨਹੀਂ, ਇਹਦੇ 'ਤੇ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈ। ਮੋਰਨਿੰਗ ਇਹਦੇ ਦੱਸਣ ਮੁਤਾਬਕ ਆਲੂ ਲੋਡ ਕਰਕੇ ਚੰਡੀਗੜ੍ਹ ਲੈ ਕੇ ਗਿਆ ਸੀ ਅਤੇ ਵਾਪਸੀ 'ਤੇ ਉੱਥੋਂ ਵਿਸਕੀ ਲੋਡ ਕਰਕੇ ਲਿਆ। ਅਤੇ ਤੁਸੀਂ ਕਿਹਾ ਵੀ 37D ਦੇ ਵਿੱਚੋਂ ਲੈ ਕੇ ਆਏ ਨੇ, ਵੀ ਉਹਨਾਂ ਨੂੰ ਅਥਾਰਟੀ ਹੁੰਦੀ ਹੈ ਵੀ ਉਹ ਗੱਡੀਆਂ 200? ਇਹ ਸਾਰਾ ਵੈਰੀਫਾਈ ਕਰਾਂਗੇ, ਅਸੀਂ ਐਕਸਾਈਜ਼ ਇੰਸਪੈਕਟਰ ਬੁਲਾਏ ਹੈ ਇਸੇ ਲਈ ਬੁਲਾਇਆ ਵੀ ਉਹ ਸਾਰਾ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਹੈ ਉਹ ਵੈਰੀਫਾਈ ਕਰੋ। ਮਤਲਬ ਜੇ 37D ਵਾਲੇ ਇੰਨਾ ਲੋਡ ਨਹੀਂ ਚੁਕਾ ਸਕਦੇ 200-300 ਪੇਟੀ ਜਿੰਨੀ ਵੀ ਬੜੀ ਹੋਈ, ਉਹ ਸਾਰਾ ਵੈਰੀਫਾਈ ਕਰਾਂਗੇ। ਅਗਰ ਉਹ ਇਲੀਗਲ ਸਪਲਾਈ ਦਿੱਤੀ ਉਹਨਾਂ ਨੇ ਤਾਂ ਉਹਨਾਂ ਦੇ ਖਿਲਾਫ਼ ਵੀ ਕਾਰਵਾਈ ਹੋ। ਠੀਕ ਹੈ, ਥੈਂਕ ਯੂ ਜੀ। ਕੀ ਮਾਮਲਾ ਸਾਰਾ ਇਹ? ਅੱਜ ਅਸੀਂ ਥਾਣਾ ਬਡਾਲੀ ਦੀ ਪੁਲਿਸ ਨਾਲ ਰਲ ਕੇ ਦੋਸ਼ੀ ਰਾਹੁਲ ਕੁਮਾਰ ਨੂੰ ਇੱਕ ਪਿਕਅਪ ਗੱਡੀ ਸਮੇਤ ਗ੍ਰਿਫਤਾਰ ਕੀਤਾ। ਉਹ 'ਚੋਂ 210 ਪੇਟੀਆਂ ਵਿਸਕੀ ਦੀਆਂ ਫਾਰ ਸੇਲ ਇਨ ਚੰਡੀਗੜ੍ਹ ਬਰਾਮਦ ਕੀਤੀਆਂ ਨੇ। ਰਾਹੁਲ ਕੁਮਾਰ ਦੋਸ਼ੀ ਨੇ ਮੁੱਢਲੀ ਤਫਤੀਸ਼ ਦੌਰਾਨ ਦੱਸਿਆ ਕਿ ਉਹ ਇਹ ਸ਼ਰਾਬ 37D ਠੇਕੇ ਤੋਂ ਲੋਡ ਕਰਕੇ ਲੈ ਕੇ ਆਇਆ ਅਤੇ ਅੱਗੇ ਉਹਨੇ ਸਾਹਨੇਵਾਲ ਕਿਸੇ ਵਿਅਕਤੀ ਨੂੰ ਸਪਲਾਈ ਕਰਨੀ ਸੀ। ਇਹ ਠੇਕੇ ਦੇ ਜਿਹੜੇ ਲੈ ਕੇ ਆਇਆ ਉਹ 'ਤੇ ਵੀ ਕੋਈ ਕਾਰਵਾਈ ਕੀਤੀ? ਹਾਂ, ਤਫਤੀਸ਼ ਜਾਰੀ ਹੈ ਜਦੋਂ ਕਿ ਉਹਦੇ ਠੇਕੇ ਦਾ ਨਾਮ ਸਾਹਮਣੇ ਆ ਗਿਆ ਜੀ, ਉਹਦਾ ਜੋ ਵੀ ਦੋਸ਼ੀ ਦਾ ਉਹ 'ਤੇ ਵੀ ਕਾਰਵਾਈ ਕੀਤੀ ਜਾਵੇਗੀ।